ਸ਼੍ਰੀਕਾਲ ਜੀ, ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚਾਲ ਨੇ, ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ 25 ਤਰੀਕ, ਤਾਂ ਅੱਜ ਆਪਾਂ ਝੋਨਾ ਵੱਢਣਾ ਸੱਬੀ, ਜੋ ਮੱਕੀ ਵਾਲੇ 'ਚ ਲਾਇਆ ਹੋਇਆ ਸੀ ਟਰੈਕਟਰ। ਇੱਕ ਟਰੈਕਟਰ ਅਤੇ ਟਰਾਲੀ ਆਪਣਾ ਆ ਗਿਆ, ਤਾਂ ਇੱਕ ਟਰੈਕਟਰ ਟਰਾਲੀ ਹੋਰ ਆਊਗਾ, ਦੋ ਟਰਾਲੀਆਂ ਨਾਲ ਆਪਾਂ ਗੇੜੇ ਲਾ ਦਾਂਗੇ। ਅਤੇ 4 ਕਿੱਲੇ ਇੱਥੇ, 4.5 ਜਾਂ 5 ਕੁ ਕਿੱਲੇ ਬਣਦੇ ਆ, ਤਾਂ ਸਾਰੀ ਸੱਬੀ ਲਾਈ ਹੋਈ ਹੈ, ਕਿਉਂਕਿ ਸਾਰੇ 'ਚ ਮੱਕੀ ਸੀ। ਮਸ਼ੀਨ ਆਉਣ ਵਾਲੀ ਆ, ਉਹ ਸਾਹਮਣੇ ਚੱਲਦੀ ਹੈਗੀ, ਅਸੀਂ ਆਪਣੇ ਘੰਟੇ ਅੱਧੇ ਘੰਟੇ ਤੱਕ ਮਸ਼ੀਨ ਆ ਜਾਣੀ ਹੈ, ਤਾਂ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਕੰਬਾਈਨ ਦੀ ਵਾਢੀ। ਲੈ ਵੀ ਆਪਣੇ ਏਰੀਏ ਦੇ ਵਿੱਚ 2 ਮਸ਼ੀਨਾਂ ਚੱਲਦੀਆਂ ਨੇ, ਉਹ ਜਿਹੜੀ ਸਾਹਮਣੇ ਖੜੀ ਹੈਗੀ ਉਹਨੇ ਆਉਣਾ ਆਪਣੇ, ਬਸ ਉਹਦਾ ਕੀਲਾ ਕਹੂ ਵੱਢਣ ਵਾਲਾ। ਇੱਕ ਚੱਲਦੀ ਇੱਧਰ ਸਾਈਡ 'ਤੇ, ਇੱਧਰ ਵਾ ਦਰਖਤ ਇੱਕ ਦੇ ਉਹਲੇ ਹੈ, ਤਾਂ ਆਪਣੇ ਏਰੀਏ ਦੇ ਵਿੱਚ 2 ਮਸ਼ੀਨਾਂ ਚੱਲ ਰਹੀਆਂ ਨੇ ਹੁਣ ਦੇ ਟਾਈਮ। ਤਾਂ ਦੇਖ ਸਕਦੇ ਹੋ ਫਸਲਾਂ ਸਾਰੀਆਂ ਆਈਆਂ ਪੱਕੀਆਂ ਨੇ ਖੇਤਾਂ ਦੇ ਵਿੱਚ, ਸਿਉਣੇ ਸਿਉਣਾ ਚੌਂਕਦਾ। ਲਓ ਜੀ, 11 ਵਜੇ ਮਸ਼ੀਨ ਲੱਗ ਗਈ ਆਪਣੇ, ਤਾਂ ਮਸ਼ੀਨ ਸਟਾਰਟ ਹੀ ਹੋਈ ਆ 11:06 'ਤੇ। ਦਲੀਪ ਮਸ਼ੀਨ ਆ, ਸ਼ਾਨਦਾਰ ਨਵੀਂ ਮਸ਼ੀਨ ਹੈ। ਦੇਖੋ ਕਿੰਨੇ ਟਾਈਮ ਦੇ ਵਿੱਚ ਕੰਪਾਈਨ ਇਹ ਆਪਣੀ ਸਾਰੀ ਫਸਲ ਦੀ ਕਟਾਈ ਕਰਦੀ ਆ, ਪੂਰੇ 11:06 'ਤੇ ਲੱਗੀ ਆ। ਦੇਖੋ ਅੱਧਾ ਘੰਟਾ ਹੋ ਗਿਆ, ਤੀਜਾ ਗੇੜਾ ਮੋੜਤਾ, ਤਾਂ ਤੀਜਾ ਗੇੜਾ ਉਰੇ ਆ ਗਿਆ, ਖੁੰਜ 'ਤੇ ਆ ਕੇ ਪੂਰਾ ਹੋ ਜੂ। ਅੱਧੇ ਘੰਟੇ ਦੇ ਵਿੱਚ 2.5 ਕਿੱਲੇ ਦੇ 3 ਗੇੜੇ ਹੋ ਗਏ। ਮੇਰੇ ਖਿਆਲ 'ਚ 2 ਟੈਂਕੀਆਂ ਪਾਈਆਂ ਹੋਣਗੀਆਂ, 2 ਜਾਂ 3 ਟੈਂਕੀਆਂ ਪਾਤੀਆਂ ਹੋਣਗੀਆਂ, ਧਿਆਨ ਨਹੀਂ ਦਿੱਤਾ। ਪਰ ਝਾੜ ਵਧੀਆ ਲੱਗਦਾ, ਝੋਨਾ ਵੀ ਜਮ੍ਹਾਂ ਸੁੱਕਿਆ ਹੋਇਆ, ਕੋਈ ਗਿੱਲਾ ਨਹੀਂ, ਕੋਈ ਬੀਜ ਗਿੱਲਾ ਨਹੀਂ, ਕੋਈ ਦਾਣਾ ਹਰਾ ਨਹੀਂ ਹੈਗਾ, ਸਾਰੀ ਸੁੱਕੀ ਪਈ ਆ। ਬਾਕੀ ਮਸ਼ੀਨ ਚੱਲੀ ਜਾਂਦੀ ਆ, ਦੇਖ ਸਕਦੇ ਹੋ ਜ਼ੋਰਾਂ ਸ਼ੋਰਾਂ 'ਤੇ ਕੰਮ ਚੱਲਦਾ। ਉੱਧਰੋਂ ਪੂਰੀ ਤਸੱਲੀ ਨਾਲ ਦੇਖ ਰਹੇ ਨੇ ਵੀ ਗਿੱਲੀ ਤਾਂ ਨਹੀਂ। ਦੇਖੋ ਆਹ ਥੋੜ੍ਹਾ ਥੋਂ ਪਹਿਲਾਂ ਭਾਬੀ ਖਤਰ ਝਾੜ ਲਿਆ ਸੀ, ਇੱਧਰ ਵੱਢ ਲਿਆ ਸੀ, ਇੱਧਰ ਲਾਸਣ ਲਾਵਾਂਗੇ ਥੋੜ੍ਹੀ ਬਹੁਤ, ਪਿਛਲੇ ਸਾਲ ਦਾ ਹੀ ਬਹੁਤ ਪਿਆ ਜੀ, ਤਾਂ ਇਹਨਾਂ ਆਪਣੇ ਲੱਗਦਾ ਨਹੀਂ, ਘਰ 3 ਜਾਣੇ ਆ। ਬਾਕੀ ਮਸ਼ੀਨ ਦੇਖੋ, ਤੀਜਾ ਗੇੜਾ ਇੱਥੇ ਆ ਕੇ ਪੂਰਾ ਹੋ ਗਿਆ, ਮੇਰੇ ਖਿਆਲ 'ਚ 3 ਟੈਂਕੀਆਂ ਪਾ ਦੀਆਂ ਹੋਣਗੀਆਂ।
ਦੋ ਗੇੜਿਆਂ ਦੇ ਵਿੱਚ ਇਹਨੂੰ ਮੁਕੰਮਲ ਕਰਨਾ ਚਾਹੀਦਾ ਕਿਉਂਕਿ ਇਹ ਟੈਂਕੀ ਪੂਰੇ ਏਰੀਏ ਦੇ ਵਿੱਚੋਂ ਭਰੂ ਬਸ ਹੁਣ ਖੱਬੀ ਚੋਂ ਮੇਰਾ ਜ਼ੋਰ ਆ ਜਿਹੜਾ ਖੱਬੀ ਹੈ ਇਹੀ ਆਇਆ ਕਿਉਂਕਿ ਇਹ ਮੰਜੀ ਵਾਲੇ 'ਚ ਲੱਗਿਆ ਹੋਇਆ ਸੀ ਪਛੇਤਾ ਲੱਗਦਾ ਅਤੇ ਇਹ ਖੇਤਾਂ ਆਉਂਦਾ ਬਹੁਤ ਤੇਜ਼ੀ 90 ਦਿਨਾਂ ਦੇ ਅੰਦਰ ਅੰਦਰ ਇਹ 90 ਦਿਨਾਂ ਦੇ ਵਿੱਚ ਇਹ ਝੋਨਾ ਪੱਕ ਜਾਂਦਾ ਹੈ शाम को मंडी के वधिया लगी लाइक कर दे शेयर कर दे जो नवे चैनल सबसक्राइब जरूर कर लियो। ठीक है जी, बाय बाय।